ਪਾਸੇ ਭੋਗ ਲਗਾਉਣ ਦੀ ਆਗਿਆ ਬਖਸ਼ੋ। ਜੋ ਜੀ ਛੱਡੇ ਅੱਜ ਸਤਨਾਮ ਸ੍ਰੀ ਵਾਹਿਗੁਰੂ ਨਾਮ ਮੇਰਾ ਨਾਮ ਮਨਪ੍ਰੀਤ ਸਿੰਘ ਮੰਨੂ ਹੈ ਜੀ। ਅਜੀਤ ਨਗਰ ਦਾ ਨਿਵਾਸੀ ਹਾਂ। ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਧੰਨ ਧੰਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਈ ਜੀ। ਇਹ ਜੋ ਕੇਕ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਦੇ ਜਨਮ ਦਿਨ 'ਤੇ ਕੇਕ ਕੱਟਿਆ ਗਿਆ, 600 ਪੌਂਡ ਦਾ ਕੱਟਿਆ ਗਿਆ ਜੀ, ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੱਟਿਆ ਗਿਆ ਜੀ। ਅਸੀਂ ਇਸ ਕੇਕ ਦੀ ਸ਼ੁਰੂਆਤ 50 ਪੌਂਡ ਤੋਂ ਕੀਤੀ ਸੀ, ਜੋ ਕਿ ਅੱਜ ਇਹ 600 ਪੌਂਡ ਦੇ ਬਾਬਾ ਜੀ ਦੀ ਸੇਵਾ ਨਾਲ ਚੱਲ ਰਹੀ ਹੈ ਜੀ। ਬਿਲਕੁਲ ਬਿਲਕੁਲ ਜੀ, ਇਸ ਤਰ੍ਹਾਂ ਦੇ ਉਪਰਾਲੇ ਹਰ ਸਾਲ ਚੱਲਦੇ ਰਹਿਣਗੇ। ਲੋਕਾਂ 'ਚ ਇੰਨੀ ਸ਼ਰਧਾ ਭਾਵਨਾ ਹੁੰਦੀ, ਲੋਕ ਵੇਟ ਕਰਦੇ ਰਹਿੰਦੇ ਕਿ ਜਦੋਂ 26 ਜਨਵਰੀ ਆਏਗੀ ਕਿ ਫਿਰ ਕਿਸ ਸਾਨੂੰ ਕੇਕ ਖਾਣ ਨੂੰ ਮਿਲੇਗਾ।
ਹੁਣ ਅੱਜ ਦਾ ਦਿਨ 26 ਜਨਵਰੀ ਨਿਕਲ ਗਈ ਹੈ, ਹੁਣ ਸਾਨੂੰ ਇਹੀ ਰਹੇਗਾ ਕਿ ਅਗਲੀ 26 ਜਨਵਰੀ ਕਦੋਂ ਆਏਗੀ, ਆਪਾਂ ਹੁਣ ਤਿਆਰੀ ਮੇਰਾ ਅਗਲੀ 26 ਜਨਵਰੀ ਦੀ ਸ਼ੁਰੂ ਕਰ ਦਾਂਗੇ। ਜਿਸ ਤਰ੍ਹਾਂ ਤੁਸੀਂ ਨੌਜਵਾਨ ਇਸ ਤਰ੍ਹਾਂ ਦੇ ਉਪਰਾਲੇ ਬੜੇ ਵਧੀਆ ਕਰਦੇ, ਕੁਛ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਆ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੇਰੀ ਉਹਨਾਂ ਨੌਜਵਾਨਾਂ ਨੂੰ ਇਹੀ ਅਪੀਲ ਹੈ ਕਿ ਨਸ਼ਾ ਮੁਕਤ ਹੋਵੋ ਜੀ, ਨਸ਼ਾ ਮੁਕਤ ਹੋ ਕੇ ਗੁਰੂ ਘਰ ਨਾਲ ਜੁੜੋ, ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ ਜੀ। ਆਪਣੇ ਜਿਹੜੇ ਲੋਕ ਆ ਜਿਹੜੇ ਦੂਜੇ ਪਾਸੇ ਅੱਜ ਕੱਲ੍ਹ ਜਾਂਦੇ ਆ, ਦੂਜੇ ਪਾਸੇ ਧਿਆਨ ਆ, ਹੋਰ ਧਰਮਾਂ ਵਾਲੇ ਪਾਸੇ ਉਹਨਾਂ ਦਾ ਧਿਆਨ ਕਰਦੇ, ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਲੋਕ ਅੱਜ ਕੱਲ੍ਹ ਗੁਰੂਆਂ ਨੇ ਜਿਹੜੀਆਂ ਇੰਨੀਆਂ ਕੁਰਬਾਨੀਆਂ ਦਿੱਤੀਆਂ, ਇੰਨਾ ਕੁਛ, ਉਹਨਾਂ ਨੂੰ ਲੋਕ ਭੁੱਲੀ ਜਾ ਰਹੇ, ਲੋਕ ਉਹਨਾਂ ਨੂੰ ਭੁੱਲ ਕੇ ਦੂਜੇ ਸ਼ਿਫਟ ਹੋ ਰਹੇ ਆ, ਜਿਵੇਂ ਈਸਾ ਭਾਈਚਾਰਾ ਦੇ ਉੱਧਰ ਈਸਾਈ ਵੱਲ ਜ਼ਿਆਦਾ ਜਾ ਰਹੇ, ਪਰ ਲੋਕਾਂ ਨੂੰ ਇਹੀ ਅਪੀਲ ਆ ਗੁਰੂ ਘਰ ਦੀ ਇੰਨੀਆਂ ਕੁਰਬਾਨੀਆਂ ਨੂੰ ਯਾਦ ਰੱਖੋ, ਗੁਰੂ ਘਰ ਨਾਲ ਜੁੜੋ ਅਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ।